ਪਿੰਡ ਰੋਹਟੀ ਬਸਤਾ ਸਿੰਘ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਚੁਣਿਆ ਸਰਪੰਚ। ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਦਸਤਕ ਦੇ ਚੁੱਕਾ ਹੈ ਅਤੇ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਐਲਾਨ ਕੀਤਾ ਹੈ ਕਿ ਪਿੰਡ ਵਾਸੀ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਉਸ ਪਿੰਡ ਵਿੱਚ ਵਿਕਾਸ ਦੀ ਕੋਈ ਕੋਰ ਕਸਰ ਨਹੀਂ ਛੱਡੀ ਜਾਵੇਗੀ। ਇਸ ਨੂੰ ਦੇਖਦੇ ਹੋਏ ਪਟਿਆਲਾ ਦਿਹਾਤੀ ਦੇ ਨਾਭਾ ਵਿੱਚ ਪੈਂਦੇ ਪਿੰਡ ਰੋਹਟੀ ਬਸਤਾ ਸਿੰਘ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਅਜੈਬ ਸਿੰਘ ਨੂੰ ਸਰਪੰਚ ਚੁਣ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਬਸੰਮਤੀ ਕਾਰਨ ਆਪਸੀ ਭਾਈਚਾਰਾ ਮਜ਼ਬੂਤ ਹੋਵੇਗਾ, ਜਦਕਿ ਪੰਚਾਂ ਦੀ ਚੋਣ ਵੀ ਜਲਦ ਹੀ ਕਰ ਲਈ ਜਾਵੇਗੀ। ਰੋਹਟੀ ਬਸਤਾ ਸਿੰਘ ਪਿੰਡ ਜੋ ਹੈ ਇਹ ਪਟਿਆਲਾ 2 ਦੇ ਸਰਕਲ 'ਚ ਆਉਂਦਾ ਹੈ। ਅੱਜ ਇੱਥੇ ਤਕਰੀਬਨ ਪਹਿਲੀ ਵਾਰ ਜੋ ਹੈ ਸਾਡਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਹੋਈ ਹੈ। ਗੁਰਦੁਆਰਾ ਸਾਹਿਬ ਬੈਠ ਕੇ ਸਾਰਿਆਂ ਨੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਪਿੰਡ ਦੀ ਡਿਵੈਲਪਮੈਂਟ ਲਈ ਔਰ ਮੌਕੇ ਦੀ ਸਰਕਾਰ ਨੂੰ ਸਹਿਯੋਗ ਦੇ ਕੇ ਉਹਨਾਂ ਤੋਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਫੰਡ ਆਉਣਗੇ ਉਹਨਾਂ ਦੀ ਸਹੀ ਤਰੀਕੇ ਨਾਲ ਲਵਾਉਣ ਲਈ, ਪਿੰਡ ਦੀ ਤਰੱਕੀ ਲਈ ਸਾਰਿਆਂ ਨੇ ਇੱਕਮੁੱਠ ਹੋ ਕੇ ਸਰਬਸੰਮਤੀ ਨਾਲ ਪੰਚਾਇਤੀ ਚੋਣ ਕੀਤੀ ਹੈ। ਸਰਦਾਰ ਅਜੈਬ ਸਿੰਘ ਜੋ ਸਾਡੇ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਵੀ ਹਨ, ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਔਰ ਮੈਂਬਰ ਵੀ ਅੱਜ ਸ਼ਾਮ ਤੱਕ ਅਸੀਂ ਸਾਰੇ 5 ਦੇ 5 ਮੈਂਬਰ ਚੁਣ ਕੇ ਪੂਰੀ ਟੀਮ ਇਹਨਾਂ ਦੀ ਕੱਲ੍ਹ ਸਵੇਰੇ ਅਸੀਂ ਅਨਾਊਂਸ ਕਰ ਦਿਆਂਗੇ। ਇਸ ਮੌਕੇ ਅਜੈਬ ਸਿੰਘ ਨੇ ਸਮੂਹ ਪਿੰਡ ਵਾਸੀਆਂ ਦਾ ਉਹਨਾਂ ਨੂੰ ਸਰਪੰਚ ਚੁਣਨ ਲਈ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਾ ਛੱਡਣ ਦਾ ਵਿਸ਼ਵਾਸ ਦਿਵਾਇਆ। ਨਾਭਾ ਤੋਂ ਅਜੀਤ ਵੈਬ ਟੀਵੀ ਲਈ ਕਰਮਜੀਤ ਸਿੰਘ ਦੀ ਰਿਪੋਰਟ। ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ। ਮੇਰੇ ਮਨ 'ਚ ਬਹੁਤ ਜਿਹੜੇ ਕੰਮ ਪਿੱਛੇ ਬਹਿ ਪਿੱਛੇ ਵੀ ਕੰਮ ਬਹੁਤ ਹੋਏ ਨੇ, ਜਿਹੜੇ ਰਹਿ ਗਏ ਨੇ ਉਹਨਾਂ ਨੂੰ ਮੈਂ ਪੂਰਾ ਕਰਾਉਣ ਦਾ ਕੋਸ਼ਿਸ਼ ਕਰਾਂਗਾ। ਮੈਂ ਸਭ ਤੋਂ ਪਹਿਲਾਂ ਮਤਲਬ ਸਕੂਲ ਦਾ ਜੋ ਘਾਟ ਚੱਲ ਰਹੀ ਹੈ, ਕਮਰੇ ਦੀ ਵੀ ਘਾਟ ਹੈ ਅਤੇ ਬਾਥਰੂਮ ਵਗੈਰਾ ਹੋਰ, ਇੱਥੋਂ ਸ਼ੁਰੂ ਕਰਕੇ ਛੱਤ ਦੀ ਸਫਾਈ ਕਰਨੀ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਸੂਰਜੀ ਲਾਈਟਾਂ ਪਿੰਡ ਦੇ ਵਿੱਚ ਜਲਦੀ ਤੋਂ ਜਲਦੀ ਲਵਾਈਆਂ ਜਾਣ। ਅਤੇ ਮੈਂ ਨਾ ਮਤਲਬ ਜਿਵੇਂ ਇੱਕ ਪਿੰਡ ਮਾਡਰਨ ਪਿੰਡ ਹੁੰਦਾ ਉਸ ਤਰ੍ਹਾਂ ਕਰਨ ਦਾ ਚਾਹਵਾਨ ਆ। ਔਰ ਮੇਰਾ ਖਿਆਲ ਪਿੰਡ ਦੇ ਨਗਰ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਮੈਂ ਇਹ ਪੂਰਾ ਕਰੂੰਗਾ। ਅਤੇ ਮੈਂ ਸਾਰੇ ਪਿੰਡ ਨੂੰ ਵਿਸ਼ਵਾਸ ਦਿਉਂਦਾ ਕਿ ਮੈਂ ਤੁਹਾਡੇ ਆਸਾਂ 'ਤੇ ਖਰਾ ਉਤਰੂੰਗਾ।